ਜੋ ਪਤੀ ਦੀ ਆਗਿਆ ਵਿੱਚ ਚੱਲਣ ਵਾਲੀ ਬੀਬੀ ਹੈ ਉਹਦੇ ਘਰ ਦੇ ਵਿੱਚ ਹੀ ਬਹਿਸ਼ਤ ਹੈ, ਤੇ ਜਿਹੜੇ ਪਤੀ ਦੀ ਆਗਿਆ ਵਿੱਚ ਨਹੀਂ ਚੱਲਣ ਵਾਲੀ ਘਰ ਵਿੱਚ ਹੀ ਲੜਾਈ ਪਈ ਰਹਿੰਦੀ ਹੈ, ਉਹ ਸਰੀਰਕ ਤੌਰ ਤੇ ਉਹ ਨਰਕਾਂ ਦੇ ਵਿੱਚ ਪਾਏ ਹੋਏ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਇਹ ਪਵਿੱਤਰ ਬਚਨ ਆਪ ਜੀ ਨੇ ਵੀ ਕਹੇ ਹਨ, ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਜੀ ਨੇ, ਕਿ ਆਪਣੇ ਪਤੀ ਦੀ ਆਗਿਆ ਵਿੱਚ ਰਹਿਣ ਦੇ ਨਾਲ ਹੀ ਇਹ ਸਾਰੇ ਸੁੱਖ ਹਨ। ਇਸ ਵਾਸਤੇ ਹੋਰ ਵੀ ਬੇਅੰਤ ਸਾਖੀਆਂ ਹਨ, ਪਰ ਉਹ ਸਮਾਂ ਨਹੀਂ ਹੋਣਾ ਸਤਿਗੁਰੂ ਜੀ ਨੇ, ਕਿ ਆਪਣੇ ਪਤੀ ਦੀ ਆਗਿਆ ਵਿੱਚ ਰਹਿਣ ਦੇ ਨਾਲ ਹੀ ਇਹ ਸਾਰੇ ਸੁੱਖ ਹਨ। ਇਸ ਵਾਸਤੇ ਹੋਰ ਵੀ ਬੇਅੰਤ ਸਾਖੀਆਂ ਹਨ, ਪਰ ਉਹ ਸਮਾਂ ਨਹੀਂ ਹੁਣ ਆਗਿਆ ਦਿੰਦਾ। ਦਸਮ ਪਾਤਸ਼ਾਹ ਦੇ ਮੌਕੇ ਤੇ ਇੱਕ ਮਨੁੱਖ ਸੀ, ਉਹ ਹਰੀਕੇ ਪੁਲ ਤੇ ਰਹਿੰਦਾ ਸੀ, ਜਿੱਥੇ ਹੁਣ ਪੁਲ ਬਣ ਗਿਆ, ਅੱਗੇ ਪੁਲ ਨਹੀਂ ਸੀ ਬਣਿਆ ਹੋਇਆ, ਜਿੱਥੇ ਸਤਲੁਜ ਤੇ ਬਿਆਸ ਇਕੱਠੇ ਹੁੰਦੇ ਨੇ। ਉਹਦਾ ਵਿਆਹ ਹੋਇਆ ਹੋਇਆ ਸੀ, ਤੋ ਉਹਦੇ ਘਰ ਦੇ ਵਿੱਚ ਬੜੇ ਤਿੱਖੇ ਸੁਭਾਅ ਵਾਲੀ ਇਸਤਰੀ ਸੀ, ਉਹਦਾ ਨਾਮ ਵੀ ਚੰਡੀ ਸੀ, ਉਹਦਾ ਸੁਭਾਅ ਵੀ ਚੰਡੀ ਵਾਲਾ ਸੀ, ਤੋ ਤਿੱਖੇ ਸੁਭਾਅ ਵਾਲੀ ਹੋਣ ਕਰਕੇ ਤੋ ਉਹਨੇ ਜੋ ਆਗਿਆ ਕਰਨੀ ਉਹਨੇ ਉਹਦੇ ਉਲਟ ਬੋਲਣਾ। ਉਹ ਕਹਿਣ ਲੱਗਾ ਮੈਂ ਕਿਵੇਂ ਕਰਾਂ? ਤੋ ਉਲਟ ਬੋਲਦੀ ਬੋਲਦੀ ਤੋ ਉਹਨੇ ਇੱਕ ਵਾਰੀ ਖਿਆਲ ਕੀਤਾ, ਇਹਨੂੰ ਕਿਵੇਂ ਮਗਰ ਹੁੰਦਾ ਜੀ। ਕਹਿਣ ਲੱਗਾ ਪਿਛਲੀ ਵਾਰੀ ਮੇਰੇ ਪਸ਼ੂ ਬਲਦ ਤੇਰੇ ਮਾਪਿਆਂ ਨੇ ਘਰ ਗਏ ਸਨ, ਇਸ ਵਾਰੀ ਮੈਂ ਆਪਣੀ ਜ਼ਮੀਨ ਵਾਹੁਣੀ ਹੈ। ਇਹ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਸਮ ਪਾਤਸ਼ਾਹ ਨੇ ਚਲਿੱਤਰ ਲਿਖਿਆ ਹੈ, ਉਹ ਬੇਨਤੀ ਕਰ ਰਿਹਾ। ਕਹਿਣ ਲੱਗੇ ਅੱਛਾ। ਉਹ ਕਹਿੰਦੀ ਨਹੀਂ, ਇਸ ਵਾਰੀ ਵੀ ਜ਼ਰੂਰ ਮੈਂ ਬਲਦ ਲੈ ਕੇ ਹੀ ਜਾਣੇ ਹੈ। ਕਹਿਣ ਲੱਗੇ ਚੰਗਾ, ਤੇਰੇ ਪੇਕਿਆਂ ਤੋਂ ਕੋਈ ਬੁਲਾ ਲਈਏ। ਕਹਿੰਦੇ ਨਹੀਂ, ਮੈਂ ਆਪ ਲੈ ਕੇ ਜਾਵਾਂਗੀ। ਉਹ ਅੱਜ ਕੱਲ੍ਹ ਦੇ ਦਿਨ ਸਨ, ਬੜਾ ਦਰਿਆ ਚੜੇ ਹੋਏ ਸਨ। ਕਹਿਣ ਲੱਗੇ ਚੰਗਾ, ਫਿਰ ਤੂੰ ਲੈ ਜੀ, ਮੈਂ ਨਹੀਂ ਨਾਲ ਜਾਣਾ, ਮੈਂ ਤੈਨੂੰ ਨਾਲ ਲੈ ਕੇ ਜਾਵਾਂਗੀ, ਤੂੰ ਜਾਵੇਂਗਾ ਕਿਵੇਂ? ਨਾ ਉਲਟ ਕਰ ਰਿਹਾ ਸੀ ਜੋ ਪਤੀ ਕਹੇ। ਅੱਛਾ ਚੰਗਾ, ਦੋਵੇਂ ਤੁਰ ਪਏ ਬਲਦ ਲਾ ਲਿਆ ਅੱਗੇ। ਕਹਿਣ ਲੱਗਾ ਵੇਖ, ਦਰਿਆ ਬੜਾ ਚੜਿਆ ਹੋਇਆ, ਆਪਾਂ ਨੂੰ ਚਾਹੀਦਾ ਆਨਾ ਆਨਾ ਆਪਣਾ ਲੱਗਣਾ, ਤੇ ਦੋ ਆਨੇ ਬਲਦ ਦੇ ਲੱਗਣੇ, ਚਾਰ ਆਨੇ ਦੇਈਏ ਤੇ ਬੇੜੀ ਰਾਹੀਂ ਲੰਘੀਏ। ਕਹਿਣ ਲੱਗੀ ਐਵੇਂ ਚਾਰ ਆਨੇ ਦੇਣੇ, ਤੂੰ ਚੜ ਜਾ ਬੇੜੀ ਰਾਹੀਂ ਤੇ ਮੈਂ ਤਾਂ ਬਲਦ ਦੀ ਪੂਛ ਫੜ ਕੇ ਲੰਘਾਂਗੀ, ਦੋ ਤਿੰਨ ਆਨੇ ਬਚਾਊਂਗੀ। ਕਹਿਣ ਲੱਗੇ ਚੰਗਾ। ਫਿਰ ਕਹਿੰਦਾ ਮੈਂ ਵੀ ਪੂਛ ਫੜ ਲਓ। ਕਹਿੰਦੇ ਨਹੀਂ, ਤੈਨੂੰ ਨੀ ਫੜਨ ਦੇਣੀ। ਜੇ ਕਹਿੰਦਾ ਮੈਂ ਬੇੜੀ ਰਾਹੀਂ ਜਾਣਾ, ਉਹਨੇ ਕਹਿਣਾ ਸੀ ਨਾਲ ਹੀ ਰੁੜ, ਸਿਆਣਾ ਸੀ ਉਹ ਵੀ, ਸਮਝ ਗਿਆ ਸੀ ਕਿ ਇਹਨੇ ਪੁੱਠੇ ਪਾਸੇ ਨੂੰ ਜਾਣਾ। ਕਹਿਣ ਲੱਗੇ ਚੰਗਾ, ਉਹਨੂੰ ਬੇੜੀ ਤੇ ਚਾੜਤਾ ਤੇ ਆਪ ਬਲਦ ਦੀ ਪੂਛ ਫੜ ਕੇ ਤੋਠਿਲ ਪਈ। ਜਦੋਂ ਠੀਕ ਬਹੁਤਾ ਪਾਣੀ ਤੇਜ਼ ਆਇਆ, ਉਸ ਮੌਕੇ 'ਤੇ ਬੇੜੀ ਵੀ ਨੇੜੇ ਨੇੜੇ ਜਾ ਰਹੀ ਸੀ। ਕਹਿਣ ਲੱਗਾ ਘੁੱਟ ਕੇ ਪੂਛ ਫੜ ਲਈ, ਕਿਤੇ ਛੱਡ ਨਾ ਦੇਵੀ, ਚੱਲਣਾ ਸੀ ਉਲਟ। ਕਹਿੰਦੇ ਆਹ ਛੱਡੀ, ਰੁੜ ਗਈ। ਇਹ ਦਸਮ ਪਾਤਸ਼ਾਹ ਨੇ ਚਲਿੱਤਰ ਲਿਖਿਆ ਹੈ। ਤੋ ਜਦੋਂ ਰੁੜ ਗਈ ਤੇ ਬੇੜੀ ਅਗਲੇ ਪਾਸੇ ਜਾ ਕੇ ਲੱਗੀ, ਉਸ ਮੌਕੇ ਪਰਲੇ ਕਿਨਾਰੇ ਤੇ ਜਾ ਕੇ ਜਦੋਂ ਪਾਣੀ ਆਉਂਦਾ ਤਾਂ ਉੱਧਰ ਨੂੰ ਭਾਲਦਾ। ਫਿਰ ਪੁੱਛਿਆ ਲੋਕਾਂ ਨੇ, ਕਹਿੰਦੇ ਕੀ ਕਾਰਨ? ਕਹਿੰਦੇ ਮੇਰੇ ਘਰ ਵਾਲੀ ਰੁੜ ਗਈ ਸੀ। ਕਹਿੰਦੇ ਉਹ ਲਹਿੰਦੇ ਨੂੰ ਗਈ ਹੋਣੀ ਜਦੋਂ ਪਾਣੀ ਜਾਂਦਾ। ਕਹਿੰਦੇ ਨਹੀਂ, ਉਹ ਪੁੱਠੇ ਸੁਭਾਅ ਵਾਲੇ ਸੀ, ਉਹ ਮਰ ਕੇ ਵੀ ਉਹ ਚੜ੍ਹਦੇ ਨੂੰ ਗਈ ਹੋਈ ਹੈ। ਉਹਦਾ ਨਾਮ ਮਹਾਰਾਜ ਸਾਹਿਬ ਨੇ ਚੰਡੀ ਕਿਹਾ। ਉਹਦੇ ਬਾਰੇ ਬਚਨ ਕੀਤੇ ਨੇ, ਪਾਣੀ ਕੇ ਮਾਂਗਤ ਪਾਥਰ ਮਾਰਤ, ਨਾਹਰ ਕਿਦੋਂ ਕਰ ਨਾਹਰ ਆਨੀ। ਪਾਣੀ ਮੰਗਣ ਤੋਂ ਅੱਗੋਂ ਪੱਥਰ ਚੱਕ ਕੇ ਪੈਂਦੀ ਹੈ। ਮਹਾਰਾਜ ਕਹਿੰਦੇ ਜਨਾਨੀ ਹੈ ਕਿ ਜੰਗਲ ਦੀ ਸ਼ੇਰਨੀ ਪਾੜ ਕੇ ਖਾਣ ਵਾਲੀ ਕਰ ਲਿਆਂਦੀ ਹੈ। ਇਸ ਵਾਸਤੇ ਉਹਨਾਂ ਇਸਤਰੀਆਂ ਨੂੰ ਕੋਈ ਸੁੱਖ ਨਹੀਂ। ਮਹਾਰਾਜ ਸਾਹਿਬ ਦੇ ਚਲਿੱਤਰ ਕਈ ਲੋਕ ਕਹਿੰਦੇ ਨੇ, ਮਹਾਰਾਜ ਦੇ ਚਲਿੱਤਰ ਨੂੰ ਗਲਤ ਕਹਿੰਦੇ ਹਨ। ਕਈ ਕਹਿੰਦੇ ਚਲਿੱਤਰਾਂ ਵਿੱਚ ਸਿੱਖਿਆ ਨਹੀਂ, ਚਲਿੱਤਰਾਂ ਵਿੱਚ ਜਿੰਨੀ ਸਿੱਖਿਆ ਨਾ ਉਹ ਬੜੀ ਭਾਰੀ ਹੈ ਸਾਨੂੰ, ਤੇ ਆਮ ਸਾਡੇ ਜੀਵਨ ਵਾਸਤੇ ਬੜੀ ਸਿੱਖਿਆ ਚਲਿੱਤਰਾਂ ਦੇ ਵਿੱਚ। ਚਲਿੱਤਰ ਤੋਂ ਬਚ ਕੇ ਰਹਿਣਾ ਹਰ ਮੌਕੇ ਤੇ। ਤਾਂ ਸਾਵਧਾਨਤਾ ਵਾਸਤੇ ਮਹਾਰਾਜ ਸਾਹਿਬ ਨੇ ਇਹ ਚਲਿੱਤਰ ਇਹ ਲਿਖੇ ਨੇ ਕਿ ਗੁਰੂ ਕੇ ਸਿੱਖੋ ਇਹਨਾਂ ਚਲਿੱਤਰਾਂ ਤੋਂ ਬਚ ਕੇ ਰਹਿਣਾ। 405 ਚਲਿੱਤਰ ਨੇ, ਤਾਂ ਇਹਨਾਂ ਤੋਂ ਬਚ ਕੇ ਰਹਿਣਾ।